ਕਾਗਜ਼ੀ ਨਿੰਬੂ ਜੀ ਇੱਕ ਕੱਤੇ ਤੋਂ ਵਰਾਇਟੀ ਆਉਂਦੀਆਂ ਗੁਲਾਬੀ ਵੀ ਨਿਕਲਦਾ ਜੀ ਦੋ ਵਰਾਇਟੀਆਂ ਹੁੰਦੀਆਂ ਨੇ ਵਰਾਇਟੀ ਦਾ ਨਾਂ ਹੀ ਤਾਈਵਾਨ ਪਿੰਕ ਹੈ ਜੀ ਤਾਈਵਾਨ ਪਿੰਕ ਹਾਂਜੀ ਠੀਕ ਹੈ ਇਹਦਾ ਕੀ ਪ੍ਰਾਈਜ਼ ਰਹਿੰਦਾ ਆਪਣੇ ਕੋਲੇ ਬੂਟੇ ਦ
ਵਾਸਤੇ ਜੂਸ ਵਾਸਤੇ ਤਿਆਰ ਕਰਦੇ ਆ। ਇਹ ਉਹ ਨਿੰਬੂ ਹੈ। ਤੇ ਇਹਨੂੰ ਫਲ ਲੱਗਦਾ ਕਿਵੇਂ ਆਉਂਦਾ ਵੀ 12 ਮਹੀਨੇ ਲੱਗਦਾ? ਹਾਂ 12 ਮਹੀਨੇ 30 ਦਿਨ ਲੱਗਦਾ ਜੀ। ਗਰਮੀ ਦੇ ਵਿੱਚ ਜ਼ਿਆਦਾ ਆਉਂਦਾ ਜੀ। ਤੇ ਇਹਦਾ ਕੀ ਪ੍ਰਾਈਸ ਹੈ ਜੀ? ਇਹ ਜੀ 150 ਰੁਪਏ। ਅਮਰਪਾਲੀ ਅੰਬ। ਅਮਰਪਾਲੀ ਅੰਬ ਹੈ ਜੀ, 6 ਫੁੱਟ ਹਾਈਟ ਹੈ ਜੀ। ਅੱਛਾ, ਨਹੀਂ ਇਹ ਆਪਣੇ ਕੋਲੋਂ ਇੱਥੋਂ 6 ਫੁੱਟ ਹਾਈਟ 'ਚ ਮਿਲੂਗਾ? ਹਾਂਜੀ, 6 ਫੁੱਟ ਹਾਈਟ ਜੀ, ਰੇਟ 300 ਰੁਪਏ। 300 ਰੁਪਇਆ ਰੇਟ ਹੈ। ਤੇ ਇਹ ਉਵੇਂ ਫਲ ਕਦੋਂ ਦੇਣ ਲੱਗ ਜਾਂਦੇ ਆ? ਫਲ ਬਈ ਅਗਲੇ ਸਾਲ ਹੁਣ ਅਪ੍ਰੈਲ ਦੇ ਵਿੱਚ ਇਹਨੂੰ ਫਲ ਆਏਗਾ। ਲਓ ਜੀ, ਚੀਕੂ, ਸੇਬ ਤੇ ਅੰਜੀਰ। ਤੇ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਆਪਾਂ ਖੜੇ ਹਾਂ, ਬਾਈ ਦੀ ਨਰਸਰੀ ਤੇ ਪਹੁੰਚੇ ਸੀਗੇ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆ ਉਹਨਾਂ ਤੋਂ ਵੀ ਇਹਨਾਂ ਦੀ ਨਰਸਰੀ ਪ੍ਰੋਪਰ ਉਵੇਂ ਵੀ ਕਿੱਥੇ ਆ, ਨੰਬਰ ਵੀ ਲਵਾਂਗੇ ਤੇ ਰੇਟ ਵੀ ਦੱਸਾਂਗੇ ਤੁਹਾਨੂੰ। ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ। ਤੇ ਆਪਾਂ ਕਿਸਾਨ ਮੇਲੇ ਦੇ ਵਿੱਚ ਅੱਜ ਪਹੁੰਚੇ ਆ ਤੇ ਆਪਣੇ ਕੋਲੇ ਕਿਹੜੇ ਕਿਹੜੀਆਂ ਵੈਰਾਈਟੀਆਂ ਦੇ ਪੌਦੇ ਹੈਗੇ ਆ? ਆਪਣੇ ਕੋਲੇ ਤਕਰੀਬਨ ਹੀ ਸਾਰੀ ਆਈਟਮ ਮਿਲ ਜਾਂਦੀ ਹੈ ਬਾਈ ਜੀ, ਫਲਦਾਰ ਸਾਰੀ ਵੈਰਾਈਟੀ। ਜਿਵੇਂ ਹੁਣ ਇੱਥੇ ਆਪਣੇ ਕੋਲੇ 10 ਵੈਰਾਈਟੀਆਂ ਇਸ ਟਾਈਮ। ਜਿਵੇਂ ਕਿ ਆਪਣੇ ਦਿਖਾਇਓ, ਇੱਧਰ ਆਇਓ। ਇਹ ਚੀਕੂ ਹੈ ਜੀ, ਕਾਲੀ ਪੱਤੀ ਦਾ ਜੀ। ਕਾਲੀ ਪੱਤੀ ਦਾ ਚੀਕੂ ਮਤਲਬ? ਗੋਲ ਪੱਤੀ ਚੀਕੂ ਕਹਿ ਦਿੰਦੇ ਆ ਜੀ ਇਹਨੂੰ। ਇਹ ਕੋਈ ਵੈਰਾਈਟੀ ਆ? ਹਾਂ, ਵੈਰਾਈਟੀ ਦਾ ਨਾਮ ਹੈ ਜੀ। ਠੀਕ ਹੈ। ਇਹਦੇ ਲੱਗੇ ਸਾਊਥ ਤੋਂ ਆਉਂਦੀ ਆ ਬਾਈ ਜੀ। ਇਹਦੇ ਲੱਗੇ ਵੀ ਹੋਏ ਆ ਹਨਾ ਚੀਕੂ, ਜਿਵੇਂ ਕਿ ਆਹ ਦੇਖ ਸਕਦੇ ਆ ਆਪਾਂ। ਜੇ ਕੋਈ ਚੀਜ਼ ਚੰਗੀ ਹੋਏਗੀ ਤਾਂ ਫਲ ਤਾਂ ਜ਼ਰੂਰ ਆਏਗਾ ਜੀ। ਠੀਕ ਹੈ। ਇਹ ਸਾਊਥ ਤੋਂ ਕਿਵੇਂ? ਸਾਊਥ ਤੋਂ ਕਿਵੇਂ ਆ? ਹਾਂਜੀ, ਇਹ ਸਾਊਥ ਤੋਂ ਆਇਆ ਜੀ। ਤੇ ਇਹਦਾ ਆਪਣੇ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਕਿੰਨਾ ਕੁ ਪ੍ਰਾਈਸ ਰਹਿੰਦਾ ਇਹਦਾ? ਪ੍ਰਾਈਸ ਤਾਂ ਬਈ ਜੀ 80 ਰੁਪਏ ਤੋਂ ਲੈ ਕੇ ਤੇ 1200-1300 ਰੁਪਏ ਤੱਕ ਹੈ। ਉਹ ਵੈਰਾਈਟੀਆਂ ਦੇ ਹਿਸਾਬ ਨਾਲ, ਇਹਦੇ ਕੱਦ ਲੰਬਾਈ ਕੱਦ ਕਾਟ ਦੇ ਹਿਸਾਬ ਨਾਲ? ਕੱਦ ਕਾਟ ਦੇ ਹਿਸਾਬ ਨਾਲ 80 ਰੁਪਿਆਂ ਤੋਂ ਇਹ ਸਟਾਰਟ ਹੋ ਜਾਂਦਾ ਤੇ 80 ਰੁਪਏ ਤੋਂ ਲੈ ਕੇ ਤੁਸੀਂ ਦੱਸਿਆ 1200 ਰੁਪਏ ਤੱਕ। ਹੋਰ ਆਪਣੇ ਕੋਲੇ ਕਿਹੜੇ ਕਿਹੜੇ ਸੇਬ ਹੈ ਇਹ? ਹਾਂਜੀ, ਇਹ ਵੈਰਾਈਟੀ ਸੇਬ ਦੀ ਹੈ ਜੀ, ਹਰਮਨ 99 ਦੀ ਹੈ। ਹਰਮਨ 99 ਵੈਰਾਈਟੀ ਦਾ ਨਾਮ ਹੈ ਇਹ। ਹਾਂਜੀ, ਇਹਦੀ ਕੀ ਖਾਸ ਗੱਲ ਹੁੰਦੀ ਹੈ ਜੀ? ਖਾਸ ਗੱਲ ਇਹ ਹੈ ਬਈ ਜੀ ਵੀ ਇਹ ਆਪਣੇ ਵਾਤਾਵਰਣ ਨੂੰ, ਟੈਂਪਰੇਚਰ ਨੂੰ ਸਹਿਣ ਕਰਦਾ ਹੈ। ਆਪਣੇ ਵੀ ਹੋ ਰਿਹਾ ਹੈ? ਹਾਂਜੀ, ਆਪਣੇ ਹੋ ਰਿਹਾ ਹੈ ਇਸ, ਮੰਨ ਲਓ ਬਠਿੰਡੇ ਏਰੀਆ, ਬਠਿੰਡੇ ਏਰੀਆ ਦੇ ਵਿੱਚ ਕੀ? ਹਾਂਜੀ, ਇਹ ਹੋ ਰਿਹਾ ਆਪਣੇ ਇਲਾਕੇ ਦੇ ਵਿੱਚ। ਲੱਗ ਜਾਂਦੇ ਆ ਇਹ? ਹਾਂਜੀ, ਲੱਗ ਜਾਂਦੇ। ਕਿੰਨੇ ਟਾਈਮ ਬਾਅਦ ਇਹ ਫਲ ਦੇਣ ਲੱਗਦੇ? ਅਗਲੇ ਸਾਲ ਬਈ ਜੀ ਇਹਨੂੰ 2-4 ਦਾਣੇ, 5-7 ਦਾਣਿਆਂ ਦੀ ਅਸੀਂ ਮੰਨ ਲਓ ਕਰਦੇ ਹਾਂ ਵੀ 5-7 ਦਾਣੇ ਆ ਸਕਦੇ ਆ ਜੀ, ਘੱਟ ਤੋਂ ਘੱਟ 5-7 ਫਲ ਆਏਗਾ ਜੀ, 5-7 ਪੀਸ ਫਲ ਆਏਗਾ ਅਗਲੇ ਸਾਲ। ਅਗਲੇ ਸਾਲ ਨਹੀਂ, ਕਿੰਨੇ ਟਾਈਮ ਦਾ ਹੋ ਜਾਂਦਾ ਇਹ ਬੂਟਾ ਜਦੋਂ ਫਲ ਦੇਣ? ਜਿਵੇਂ ਹੁਣ ਇਹ ਇਸ ਟਾਈਮ ਬੂਟਾ ਬਈ 1.5 ਸਾਲ ਦਾ ਜੀ। 1.5 ਸਾਲ ਦਾ? 1.5 ਸਾਲ ਦਾ ਬੂਟਾ ਜੀ। ਵੀ 2 ਸਾਲ ਤਾਂ ਤੁਸੀਂ 2 ਸਾਲ ਤੋਂ ਬਾਅਦ ਇਹ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ ਕੋਲੇ? ਇਸ ਤੋਂ ਇਲਾਵਾ ਆਪਣੇ ਕੋਲੇ ਅੰਜੀਰ ਆ ਗਈ ਬਾਈ ਜੀ। ਇਹ ਅੰਜੀਰ ਦੇ ਬੂਟੇ? ਹਾਂਜੀ, ਫਲ ਲੱਗਿਆ ਹੋਇਆ ਸੀ, ਕੁਛ ਤਾਂ ਅੱਗੇ ਪਿੱਛੇ ਕਰਨ ਨਾਲ ਥੋੜਾ ਹੋ ਗਿਆ, ਕੱਲ ਉਤਾਰਨ ਨਾਲ ਹੋ ਗਿਆ ਜੀ। ਕੁਛ ਫਲਾਂ ਵਾਲੇ ਪੌਦੇ ਛਾਂਟ ਕੇ ਹੁਣ ਜਿਵੇਂ ਆਪਾਂ ਕਹਿ ਗਏ ਹੈ ਨਾ, ਅਗਲਾ ਕਹਿੰਦਾ ਜੀ ਸਾਨੂੰ ਤਾਂ ਫਲ ਵਾਲਾ ਹੀ ਦਿਓ। ਇਹਦੀ ਕੀ ਖਾਸ ਗੱਲ ਹੁੰਦੀ ਹੈ ਬਈ? ਇਹਦੀਆਂ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੁੰਦੀਆਂ? ਇਹ ਇਸ ਟਾਈਮ ਬਾਈ ਜੀ ਆਪਣੇ ਕੋਲੇ ਗੋਲਡਨ ਅੰਜੀਰ ਹੈ, ਇੱਕ ਬਲੈਕ ਆਉਂਦੀ ਹੈ ਜੀ। ਇਹਦੀਆਂ 2-3 ਕਿਸਮਾਂ ਆਉਂਦੀਆਂ ਜੀ। ਹਾਂਜੀ, ਫਿਲਹਾਲ ਫਿਰ ਜਗ੍ਹਾ ਦੀ ਸ਼ਾਰਟੇਜ ਕਰਕੇ ਆਪਾਂ ਨੂੰ ਇੰਨੀ ਕੀ ਜਗ੍ਹਾ ਮਿਲ ਪਾਈ ਤਾਂ ਜੇ ਕੋਈ 100-200 ਬੂਟਾ ਹੀ ਆਪਾਂ ਇੱਥੇ ਰੱਖ ਸਕੀਏ ਜੀ। ਇਹ ਗੋਲਡਨ ਅੰਜੀਰ ਵੈਰਾਈਟੀ ਆ? ਹਾਂਜੀ। ਤੇ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਤੇ ਕਦੋਂ ਇਹ ਫਲ ਦੇਣ ਲੱਗੇ? ਫਲ ਤਾਂ ਬਈ ਜੀ ਹੁਣ ਇਸ ਤੋਂ ਛੋਟੇ ਬੂਟੇ ਨੂੰ ਵੀ ਆਇਆ ਸੀ, ਇਹਨਾਂ ਨੂੰ ਵੀ ਆਇਆ ਸੀ, ਜਿਵੇਂ ਆਪਾਂ ਕਹਿ ਦਈਏ ਦੇਖੋ ਛਾਂਟ ਕੇ ਵਿੱਚੋਂ ਲੈ ਗਏ, ਹੈ ਨਾ ਜੀ। ਫਲ ਸਾਰਿਆਂ ਨੂੰ ਲੱਗਿਆ ਜੀ, ਕੱਲ ਅਸੀਂ ਕੁਝ ਉਤਾਰਨ ਵੇਲੇ ਵੀ ਸਾਥੋਂ ਚੜ ਗਿਆ ਜੀ। ਚੜ ਗਿਆ? ਹਾਂਜੀ। ਠੀਕ ਹੈ। ਤੇ ਇਹਦਾ ਕਿੰਨਾ ਪ੍ਰਾਈਸ? ਇਹਦਾ ਬਈ ਜੀ ਪ੍ਰਾਈਸ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ, ਵੱਡੇ ਛੋਟੇ ਬੂਟੇ ਦਾ ਫਰਕ ਹੁੰਦਾ ਜੀ, ਚੀਜ਼ 100 ਰੁਪਏ ਤੋਂ ਸਟਾਰਟ ਆ। ਹਾਂਜੀ। ਹੋਰ ਵੱਡੇ ਛੋਟੇ ਦਾ ਫਰਕ ਹੁੰਦਾ? ਕਿਹੜੀਆਂ ਕਿਹੜੀਆਂ ਵੈਰਾਈਟੀਆਂ ਹੋਰ? ਉਸ ਤੋਂ ਬਾਅਦ ਇਹ ਕਿੰਨੂ ਆ ਗਿਆ ਜੀ ਆਪਣਾ? ਕਿੰਨੂ? ਹਾਂਜੀ, ਠੀਕ ਹੈ। ਇਹ ਕਿੰਨੂ ਤਾਂ ਆਪਣੇ ਗੰਗਾਨਗਰ ਹਬੋਰ ਏਰੀਆ 'ਚ ਲੱਗਦਾ ਵੀ ਬਹੁਤ ਹੈ ਨਾ? ਹਾਂਜੀ ਹਾਂਜੀ। ਨਹੀਂ ਆਪਾਂ ਉਵੇਂ ਵੀ ਦੇ ਦਿੰਨੇ ਜਿਵੇਂ ਕਿਸੇ ਕਿਸਾਨ ਵੀਰ ਨੇ ਵੱਡੇ ਏਰੀਆ 'ਚ ਵੱਡੇ, ਹਾਂ ਜਿਵੇਂ ਕਿਸੇ ਨੇ ਬਾਗ ਵਗੈਰਾ ਬਣਾਉਣਾ ਲਾਉਣਾ ਹੋਵੇ ਨਾ ਜੀ, ਜਿਵੇਂ ਆਪਾਂ ਕਹਿ ਦਈਏ ਉਹਦੇ ਵਾਸਤੇ ਵੀ ਆਪਾਂ ਦੇ ਦਿੰਨੇ ਆ ਜੀ। ਠੀਕ ਹੈ। ਇਹਦੀ ਕੀ, ਇਹਦੀ ਕਿਹੜੀ ਕਿਸਮ ਕੁਸਮ ਹੁੰਦੀ ਹੈ? ਇਹ ਕਿੰਨੂ ਦੇ ਵਿੱਚ ਜੀ 4-5 ਜਾਂ ਪ੍ਰਜਾਤੀਆਂ ਹੁੰਦੀਆਂ ਇਹਦੀਆਂ ਅੱਗੇ ਅੱਗੇ ਜੀ, ਜਿਵੇਂ ਆਪਾਂ ਕਹਿ ਦਈਏ ਜੀ ਕਿੰਨੂ ਹੋ ਗਿਆ, ਦੇਸੀ ਹੋ ਗਈ, ਮਿੱਠਾ ਹੋ ਗਿਆ, ਚਕੋਤਰਾ ਹੋ ਗਿਆ, ਇਹ ਵੈਰਾਈਟੀਆਂ ਸਾਰੀਆਂ ਵੈਰਾਈਟੀਆਂ ਮਿਲ ਜਾਂਦੀਆਂ। ਤੇ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਆਪਣੇ ਕੋਲੇ? ਇਹ ਬਾਈ ਜੀ ਜਿਵੇਂ ਮੰਨ ਲਓ ਸਾਲ ਦਾ ਬੂਟਾ ਹੈ ਜੀ ਇਹ। ਸਾਲ ਦਾ ਬੂਟਾ? ਹਾਂ, ਫਲ ਕਦੋਂ ਲੱਗਣਾ? ਫਲ ਇਹਨੂੰ ਅਜੇ 1 ਸਾਲ ਹੋਰ ਲੱਗੇਗਾ ਜੀ, 2 ਸਾਲ ਦੇ ਨੂੰ ਫਲ ਆਉਂਦਾ ਜੀ। ਠੀਕ ਹੈ ਜੀ। ਤੇ ਬਾਈ ਜੀ ਆਪਣਾ ਨਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੇ ਕਿਸੇ ਨੇ ਉੱਥੇ ਵੀ ਆਉਣਾ ਹੋਵੇ। ਆਪਣਾ ਨੰਬਰ ਇਸ ਤਰ੍ਹਾਂ ਜੀ, ਜਦੋਂ ਆਪਾਂ ਮਲੋੜ ਤੋਂ ਜਾਂ ਬਠਿੰਡੇ ਤੋਂ ਅਬੋਹਰ ਵੱਲ ਆਉਂਦੇ ਹਾਂ ਜੀ, ਅਬੋਹਰ ਐਂਟਰ ਕਰਦੇ ਹਾਂ ਸਾਰੀ ਆਪਣੀਆਂ ਨਰਸਰੀਆਂ ਜੀ, ਰੋਡ ਦੇ ਸੱਜੇ ਪਾਸੇ ਵੀ। ਠੀਕ ਹੈ ਜੀ। ਖੱਬੇ ਪਾਸੇ ਵੀ। ਤੇ ਹੁਣ ਆਪਾਂ ਨੇੜੇ ਆਪਣੇ ਪੈਂਦਾ ਜੀ ਬਰਾੜ ਹੰਡੂਈ ਕਾਰਾਂ ਦਾ ਸ਼ੋਰੂਮ, ਮਹਿੰਦਰਾ ਟਰੈਕਟਰਾਂ ਦਾ ਸ਼ੋਰੂਮ ਹੈ ਜੀ, ਪੈਟਰੋਲ ਪੰਪ ਹੈ ਜੀ, ਉਹਦੇ ਨਾਲ ਹੀ ਆਪਣੀਆਂ ਨਰਸਰੀਆਂ। ਮੋਬਾਈਲ ਨੰਬਰ ਆਪਣਾ ਜੀ 94173-0681-9075-7541-5141।
ਬਾਕੀ ਆਪਾਂ ਸਕਰੀਨ ਤੇ ਵੀ ਬਾਈ ਹੋਰਾਂ ਦਾ ਨੰਬਰ ਦੇ ਦਾਂਗੇ। ਹੋਰ ਆਪਾਂ ਕਿਹੜੇ ਕਿਹੜੇ ਬੂਟੇ ਹੋਰ ਬਾਈ ਜੀ, ਜਿਵੇਂ ਅਮਰਪਾਲੀ ਅੰਬ ਹੈ ਜੀ, ਹਨਾ ਅਮਰਪਾਲੀ ਅੰਬ, ਅਮਰਪਾਲੀ ਅੰਬ ਹੈ ਜੀ 6 ਫੁੱਟ ਹਾਈਟ ਹੈ ਜੀ। ਅੱਛਾ, ਨਹੀਂ ਇਹ ਆਪਣੇ ਕੋਲੋਂ ਇੱਥੋਂ 6 ਫੁੱਟ ਹਾਈਟ 'ਚ ਮਿਲੂਗਾ। ਹਾਂਜੀ 6 ਫੁੱਟ ਹਾਈਟ ਜੀ, ਰੇਟ 300 ਰੁਪਏ। 300 ਰੁਪਇਆ ਰੇਟ ਹੈ ਅਤੇ ਇਹ ਉਵੇਂ ਫਲ ਕਦੋਂ ਦੇਣ ਲੱਗ ਜਾਂਦੇ ਆ? ਫਲ ਬਈ ਅਗਲੇ ਸਾਲ ਹੁਣ ਅਪ੍ਰੈਲ ਦੇ ਵਿੱਚ ਇਹਨੂੰ ਫਲ ਆਏਗਾ, 5-7 ਦਾਣੇ ਆਉਣਗੇ। ਠੀਕ ਹੈ ਜੀ। ਹਾਂਜੀ 300 ਰੁਪਇਆ ਤੁਸੀਂ ਇਹਦਾ ਰੇਟ ਦੱਸਿਆ। ਇਹੋ ਹੀ ਚੀਜ਼ ਫਿਰ ਅੱਗੇ ਪਈ ਹੈ ਜੀ, ਹਾਈਟ ਉਹ ਵੀ ਸੇਮ 4-5 ਫੁੱਟ ਹੈ ਜੀ, ਰੇਟ ਇਹਦਾ ਵੀ 150 ਰੁਪਏ ਹੈ ਜੀ, ਵੈਰਾਈਟੀ ਸੇਮ ਹੈ ਜੀ, ਵੱਡੇ ਛੋਟੇ ਦਾ ਫਰਕ ਹੈ, ਹਾਈਟ ਦਾ ਕਰਕੇ ਰੇਟ ਹਾਈਟ ਕਰਕੇ ਇਹਦਾ 150 ਰੁਪਇਆ। 150 ਰੁਪਏ ਦਾ ਰੇਟ ਹੈ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਜੀ ਕਾਗਜ਼ੀ ਨਿੰਬੂ। ਕਾਗਜ਼ੀ ਨਿੰਬੂ ਜੀ, ਇੱਕ ਕੱਤੇ ਤੋਂ ਵੈਰਾਈਟੀ ਆਉਂਦੀ ਹੈ ਜੀ, ਗਰਮੀ ਦੇ ਵਿੱਚ ਲੱਗਦਾ ਜੀ ਇਹ ਨਿੰਬੂ। ਗਰਮੀ 'ਚ ਹੁਣ ਲੱਗ ਜੂਗਾ? ਹਾਂਜੀ, ਇਹਦਾ ਫਲ ਗਰਮੀ ਦੇ ਵਿੱਚ ਆਏਗਾ, ਜਿਹੜਾ ਆਪਾਂ ਰੇੜੀਆਂ ਤੇ ਲੈਂਦੇ ਆ ਨਾ ਜੀ ਨਿੰਬੂ, ਅਚਾਰ ਪਾਉਣੇ ਆ, ਸਕੰਜ ਵੀ ਵਾਸਤੇ, ਜੂਸ ਵਾਸਤੇ ਤਿਆਰ ਕਰਦੇ ਆ, ਇਹ ਉਹ ਨਿੰਬੂ ਹੈ ਜੀ। ਤੇ ਇਹਨੂੰ ਫਲ ਲੱਗਦਾ ਕਿਵੇਂ? ਉਵੇਂ ਵੀ 12 ਮਹੀਨੇ ਹੀ ਲੱਗਦਾ? ਹਾਂ 12 ਮਹੀਨੇ 30 ਦਿਨ ਲੱਗਦਾ ਜੀ, ਗਰਮੀ ਦੇ ਵਿੱਚ ਜ਼ਿਆਦਾ ਆਉਂਦਾ ਜੀ। ਤੇ ਇਹਦਾ ਕੀ ਪ੍ਰਾਈਸ ਹੈ ਜੀ? ਇਹ ਜੀ 150 ਰੁਪਏ। 150 ਰੁਪਏ ਵੱਡੇ ਛੋਟੇ ਦਾ ਜੀ, ਤੇ 50-60 ਰੁਪਏ ਤੋਂ ਵੀ ਸਟਾਰਟ ਹੋ ਜਾਂਦਾ ਜੀ, ਜਿਸ ਹਿਸਾਬ ਨਾਲ ਬੂਟੇ ਆਪਣੇ ਇਹ ਬੂਟਾ ਜੀ, ਜਿਵੇਂ ਹੁਣ 150 ਰੁਪਏ ਦਾ ਜੀ। ਠੀਕ ਹੈ ਜੀ। ਹਾਂਜੀ, ਤੇ ਹੁਣ ਜਿਹੜੇ ਆਪਣੇ ਆ ਅਮਰੂਦ, ਇਹ ਤਾਈਵਾਨ ਅਮਰੂਦ ਆ ਗਿਆ ਜੀ, ਤਾਈਵਾਨ ਅਮਰੂਦ, ਮਤਲਬ ਆ ਫਲ ਆਇਆ ਹੋਇਆ ਜੀ, ਵੈਰਾਈਟੀ ਹੈ ਜੀ ਤਾਈਵਾਨ ਪਿੰਕ। ਠੀਕ ਹੈ ਜੀ, ਆਹ ਫਲ ਦੇਖ ਸਕਦੇ ਹਾਂ ਆਪਾਂ, ਆ ਦੇ। ਠੀਕ ਹੈ ਜੀ। ਹਾਂਜੀ ਤਾਈਵਾਨ ਪਿੰਕ ਅਮਰੂਦ ਹੈ ਜੀ। ਅੱਛਾ, ਇਹ ਵਿੱਚੋਂ ਇਹ ਉਹ ਅਮਰੂਦ ਹੈ ਜਿਹੜੇ ਵਿੱਚੋਂ ਗੁਲਾਬੀ ਹੁੰਦੇ ਆ? ਗੁਲਾਬੀ ਵੀ ਨਿਕਲਦਾ ਜੀ, ਦੋ ਵੈਰਾਈਟੀਆਂ ਹੁੰਦੀਆਂ ਇਹਦੇ ਵਿੱਚ, ਇੱਕ ਰੈੱਡ ਵੀ ਹੁੰਦਾ, ਇੱਕ ਗ੍ਰੀਨ ਵੀ ਹੁੰਦਾ ਜੀ। ਵੈਰਾਈਟੀ ਦਾ ਨਾਂ ਹੀ ਤਾਈਵਾਨ ਪਿੰਕ ਹੈ ਜੀ। ਤਾਈਵਾਨ ਪਿੰਕ। ਹਾਂਜੀ ਠੀਕ ਹੈ। ਇਹਦਾ ਕੀ ਪ੍ਰਾਈਸ ਰਹਿੰਦਾ ਆਪਣੇ ਕੋਲ ਬੂਟੇ ਦਾ? ਇਹਦਾ ਜੀ ਕੱਦ ਦੇ ਹਿਸਾਬ ਨਾਲ ਹੈ ਜੀ, 100 ਰੁਪਏ ਤੋਂ ਲੈ ਕੇ ਬਸ 100-150 ਹੀ ਹੈ ਜੀ, ਇਸ ਟਾਈਮ ਇਹਦਾ 150 ਹੈ। 150 ਹੈ ਇਹਦਾ? ਠੀਕ ਹੈ ਜੀ। ਤੇ ਜਿਹੜੇ ਆਪਣੇ ਉਹ ਪਏ ਬੂਟੇ, ਉਹ ਵੀ ਚੀਕੂ ਵਾਲੇ ਹੀ ਹੈ? ਹਾਂਜੀ ਹਾਂਜੀ, ਇਹ ਲੀਚੀ ਦਾ ਬੂਟਾ ਜੀ। ਠੀਕ ਹੈ ਜੀ। ਹਾਂਜੀ, ਇਹ 70 ਰੁਪਏ ਤੋਂ ਸਟਾਰਟ ਹੋ ਜਾਂਦੀ, ਵੱਡੇ ਛੋਟੇ ਦਾ ਮੁੱਲ ਹੁੰਦਾ ਜੀ। ਨਹੀਂ ਜਿਵੇਂ ਇਸ ਟਾਈਮ ਮੰਨ ਲਓ ਇਹ 150 ਰੁਪਏ ਦਾ ਜੀ, 150 ਰੁਪਏ ਦਾ ਆਹ ਹਾਈਟ ਦੇ ਵਿੱਚ। ਹਾਂਜੀ 2 ਫੁੱਟ ਹਾਈਟ। ਤੇ ਇਹ ਜਿਵੇਂ ਆਪਣੇ ਮੌਸਮ ਗਰਮ ਰਹਿੰਦਾ ਉਵੇਂ ਇਹ ਕਾਮਯਾਬ ਇੱਥੇ ਇਸ ਏਰੀਏ 'ਚ? ਹਾਂਜੀ ਲਾ ਰਹੇ ਆ ਜੀ ਇਹਨੂੰ, ਵਾਹਵਾ ਵੱਡੀ ਮਤਲਬ ਮਾਤਰਾ 'ਚ ਜਿਵੇਂ ਆਪਾਂ ਕਹਿ ਦਈਏ ਜੀ ਲਾ ਰਹੇ ਆ ਅਸੀਂ। ਠੀਕ ਜੀ। 3-3.5 ਹਾਈਟ ਤੱਕ ਆਪਣੇ ਫੁੱਟ ਤੱਕ ਆਪਣੇ ਕੋਲੇ ਹਾਈਟ ਹੁੰਦੀ ਹੈ। ਤੇ ਇਹ ਕਦੋਂ ਫਲ ਦੇਣ ਲੱਗ ਜਾਂਦਾ ਬਾਈ ਜੀ? ਫਲ ਤਾਂ ਜੀ ਇਹਦੇ ਤੇ 2 ਸਾਲ ਹੋਰ ਲੱਗਣਗੇ ਜੀ, 1.5 ਸਾਲ ਦੇ ਬੂਟੇ। ਹਾਂਜੀ, ਵੀ 3.5-3 ਸਾਲ, 3.5 ਸਾਲ ਦੇ ਉੱਤੇ ਜਾ ਕੇ ਜੀ ਫਲ ਦੀ ਗਰੋਥ ਕਰਨੀ ਸ਼ੁਰੂ ਕਰ ਦਿੰਦੇ। ਠੀਕ ਹੈ ਜੀ। ਤੇ ਲਓ ਜੀ, ਅੱਜ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਆਪਾਂ ਖੜੇ ਸੀਗੇ ਤੇ ਬਾਈ ਨਾਲ ਕਰੀ ਸੀ ਮੁਲਾਕਾਤ। ਬਾਕੀ ਇਹਨਾਂ ਦੀ ਜਿਹੜੀ ਨਰਸਰੀ ਆ ਉਹ ਹਬੋਰ ਦੇ ਵਿੱਚ? ਹਾਂਜੀ, ਹਬੋਰ ਜਦੋਂ ਤੁਸੀਂ ਮਲੋੜ ਤੋਂ ਜਾਂ ਮੁਕਤਸਰ ਮਲੋੜ ਤੋਂ ਜਾਂ ਬਠਿੰਡੇ ਤੋਂ ਆਉਣੇ, ਹਬੋਰ ਐਂਟਰ ਕਰਨ ਤੋਂ ਪਹਿਲਾਂ ਬਾਈਪਾਸ ਦੇ ਉੱਤੇ ਕਾਰਾਂ ਦਾ ਸ਼ੋਰੂਮ ਹੈ ਜੀ, ਹੰਡੂਈ ਕਾਰਾਂ ਦਾ, ਬਰਾੜ ਹੰਡੂਈ, ਨਾਲ ਹੀ ਉੱਥੇ ਮਹਿੰਦਰਾ ਟਰੈਕਟਰਾਂ ਦੀ ਏਜੰਸੀ ਆ ਜੀ, ਤੇ ਨਾਲ ਹੀ ਆਪਣੀ ਨਰਸਰੀ ਆ ਜੀ। ਮੋਬਾਈਲ ਨੰਬਰ ਆਪਣਾ ਜੀ 9914-06-5705, 9781-7545-41। ਲਓ ਜੀ, ਬਾਈ ਕੋਲੇ ਪਹੁੰਚੋ ਤੇ ਸਪੋਰਟ ਜ਼ਰੂਰ ਕਰਿਓ, ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਹੁਣ ਮਿਲਦੇ ਹਾਂ ਆਪਾਂ ਐਸੀ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ ਜੀ ਸਾਰਿਆਂ ਦਾ। ਠੀਕ ਹੈ।